हाय फ्यूचर बर्ड्स, वेलकम बैक टू माय चैनल। आज असी करन जा रहे हैं लेसन नंबर 1 ज्योग्राफी दा, इंडिया एंड इंट्रोडक्शन दे नैस या पैस बेस्ड क्वेश्चंस। ये अपने नैस दे विच भी काम आएगा, तो जिहड़ा नवंबर एग्जाम है उहदे विच भी काम आएगा। तो आपां नूं ऑब्जेक्टिव टाइप क्वेश्चंस दी प्रिपरेशन जरूर करनी चाहिए। इत्थे अपने कोल एमसीक्यू क्वेश्चंस ने, स्टार्ट कर दिया फर्स्ट क्वेश्चन तो। Which state of India has least population? So, ਇੱਥੇ ਦਾ ਆਨਸਰ ਹੈ ਜਿਹੜਾ ਉਹ ਗਲਤ ਲੱਗਿਆ ਹੋਇਆ ਹੈ। ਗੋਆ ਨਹੀਂ ਆਏਗਾ, ਇਹਦਾ ਆਨਸਰ ਆਏਗਾ ਸਿੱਕਿਮ, ਕਿਉਂਕਿ ਉਹਨਾਂ ਨੇ ਪੁੱਛਿਆ ਵੀ ਪਾਪੂਲੇਸ਼ਨ ਕਿਹਦੀ ਘੱਟ ਹੈ, ਤਾਂ ਇੰਡੀਆ ਦੇ ਵਿੱਚੋਂ ਸਿੱਕਿਮ ਐਸੀ ਸਟੇਟ ਹੈ ਜਿਹਦੀ ਪਾਪੂਲੇਸ਼ਨ ਸਭ ਤੋਂ ਘੱਟ ਹੈ। ਸਭ ਤੋਂ ਜ਼ਿਆਦਾ ਕਿਹੜੀ ਸਟੇਟ ਦੀ ਹੈ? ਉੱਤਰ ਪ੍ਰਦੇਸ਼, ਯੂਪੀ। ਅਤੇ ਜਿਹੜਾ ਗੋਆ ਹੈ ਉਹ ਸਭ ਤੋਂ ਛੋਟਾ ਹੈ ਏਰੀਆ ਦੇ ਟਰਮਸ ਦੇ ਵਿੱਚੋਂ। ਜੇ ਆਪਾਂ ਨੂੰ ਪੁੱਛਿਆ ਜਾਵੇ ਵਿੱਚ ਸਟੇਟ ਆਫ ਇੰਡੀਆ ਹੈਜ਼ ਲੀਸਟ ਏਰੀਆ, ਤਾਂ ਉਹਨੂੰ ਕੀ ਕਹਾਂਗੇ? ਗੋਆ। ਅਤੇ ਸਭ ਤੋਂ ਲਾਰਜੈਸਟ ਸਟੇਟ ਕਿਹੜੀ ਹੈ ਇੰਡੀਆ ਦੀ? ਰਾਜਸਥਾਨ। ਇਹ ਚਾਰ ਇੰਪੋਰਟੈਂਟ ਚੀਜ਼ਾਂ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਨੇ। ਅਤੇ ਲਿਟਰੇਸੀ ਰੇਟ ਦੀ ਵੀ ਇੱਕ ਦੋ ਚੀਜ਼ਾਂ ਹੁੰਦੀਆਂ ਨੇ, ਉਹ ਵੀ ਦੇਖ ਲੈਂਦੇ ਹਾਂ। ਜਿਹੜਾ ਤਾਂ ਆਪਣਾ ਕੇਰਲਾ ਹੈ, ਉਹ ਲਿਟਰੇਸੀ ਰੇਟ ਦੇ ਵਿੱਚ ਸਭ ਤੋਂ ਅੱਗੇ ਆਉਂਦਾ ਹੈ ਇੰਡੀਆ ਦੀ ਸਟੇਟ, ਠੀਕ ਹੈ। ਅਤੇ ਇੰਡੀਆ ਜਿਹੜੀ ਦੂਜੀ ਸਟੇਟ ਹੈ ਬਿਹਾਰ, ਉਹ ਸਭ ਤੋਂ ਲਾਸਟ ਵਿੱਚ ਆਉਂਦਾ ਲਿਟਰੇਸੀ ਰੇਟ 'ਤੇ, ਠੀਕ ਹੈ ਜੀ। ਅਗਲਾ ਹੈ ਇਨ ਟਰਮ ਆਫ ਏਰੀਆ ਵਿੱਚ ਇਜ਼ ਦਾ ਬਿਗੈਸਟ ਸਟੇਟ ਆਫ ਇੰਡੀਆ, ਆਪਾਂ ਕਰ ਚੁੱਕੇ ਹਾਂ। ਏਰੀਆ ਦੇ ਟਰਮਸ ਦੇ ਵਿੱਚ ਰਾਜਸਥਾਨ, ਪਾਪੂਲੇਸ਼ਨ ਦੇ ਬੇਸਿਸ ਦੇ ਉੱਤਰ ਪ੍ਰਦੇਸ਼, ਠੀਕ ਹੈ ਜੀ। ਅੱਗੇ ਹੈ ਵਟ ਪਰਸੈਂਟੇਜ ਆਫ ਏਰੀਆ ਓਕਿਊਪਾਈਡ ਬਾਈ ਇੰਡੀਆ ਇਨ ਦਾ ਵਰਲਡ, ਇਹ ਆਉਂਦਾ ਹੀ ਆਉਂਦਾ ਕੁਸ਼ਚਨ ਹੈ। 2.2% ਟੋਟਲ ਵਰਲਡ ਦੇ ਵਿੱਚੋਂ ਇੰਡੀਆ ਦਾ ਏਰੀਆ ਹੈ, ਅਤੇ ਪਾਪੂਲੇਸ਼ਨ ਦੇ ਬੇਸਿਸ ਦੇ ਵਿੱਚ 16% ਏਰੀਆ ਹੈ, ਠੀਕ ਹੈ ਜੀ। ਉਸ ਤੋਂ ਅਗਲਾ ਹੈ ਇੰਟੂ ਹਾਓ ਮੈਨੀ ਪ੍ਰਿੰਸਲੀ ਸਟੇਟਸ ਵਰ ਇੰਡੀਆ ਡਿਵਾਈਡਿਡ ਬਿਫੋਰ ਇੰਡੀਪੈਂਡੈਂਸ। ਇੰਡੀਪੈਂਡੈਂਸ ਤੋਂ ਪਹਿਲਾਂ ਕਿੰਨੀਆਂ ਸਟੇਟਸ ਦੇ ਵਿੱਚ ਜਿਹੜਾ ਇੰਡੀਆ ਸੀ ਉਹ ਡਿਵਾਈਡਿਡ ਸੀਗਾ? ਤਾਂ 562, 562 ਇਹਦਾ ਆਂਸਰ ਆਏਗਾ। ਜੇ ਇੱਥੇ ਬ੍ਰਿਟਿਸ਼ ਪ੍ਰੋਵਿੰਸਿਸ ਪੁੱਛੇ ਜਾਂਦੇ ਨੇ ਤਾਂ 9 ਆਉਣਗੇ, 9 ਬ੍ਰਿਟਿਸ਼ ਪ੍ਰੋਵਿੰਸਿਸ ਅਤੇ 562 ਪ੍ਰਿੰਸਲੀ ਸਟੇਟਸ ਆਉਣਗੀਆਂ। ਇਹ ਇੰਡੀਪੈਂਡੈਂਸ ਤੋਂ ਪਹਿਲਾਂ ਦੀ ਗੱਲ ਹੈ। ਅਗਲਾ ਕੁਸ਼ਚਨ ਹੈ ਵਿੱਚ ਸਟੇਟ ਆਫ ਇੰਡੀਆ ਹੈਜ਼ ਲੀਸਟ ਡੈਂਸਿਟੀ ਆਫ ਪਾਪੂਲੇਸ਼ਨ। ਹੁਣ ਤੁਸੀਂ ਕਹੋਗੇ ਇੱਥੇ ਤਾਂ ਸਿੱਕਿਮ ਆਉਣਾ ਚਾਹੀਦਾ ਸੀ, ਪਰ ਟਿੱਕ ਜਿਹੜੀ ਆ ਅਰੁਣਾਚਲ ਪ੍ਰਦੇਸ਼ 'ਤੇ ਲੱਗੀ ਹੋਈ ਹੈ, ਅਤੇ ਇਹਦਾ ਆਂਸਰ ਅਰੁਣਾਚਲ ਪ੍ਰਦੇਸ਼ ਹੀ ਆਏਗਾ, ਕਿਉਂਕਿ ਇੱਥੇ ਇਹਨਾਂ ਨੇ ਡੈਂਸਿਟੀ ਦੀ ਗੱਲ ਕੀਤੀ ਹੈ, ਸਿਰਫ ਪਾਪੂਲੇਸ਼ਨ ਦੀ ਗੱਲ ਨਹੀਂ ਕੀਤੀ। ਡੈਂਸਿਟੀ ਆਫ ਪਾਪੂਲੇਸ਼ਨ ਹੁੰਦਾ ਵੀ ਜਿੰਨਾ ਏਰੀਆ ਉਹਦੇ ਅਕੋਰਡਿੰਗ ਹੀ ਉੱਥੇ ਦੀ ਪਾਪੂਲੇਸ਼ਨ ਹੈ। ਕਈ ਵਾਰ ਕੀ ਹੁੰਦਾ ਏਰੀਆ ਤਾਂ ਕਿਸੇ ਸਟੇਟ ਦਾ ਬਹੁਤ ਜ਼ਿਆਦਾ ਹੁੰਦਾ, ਪਰ ਉੱਥੇ ਪਾਪੂਲੇਸ਼ਨ ਬਹੁਤ ਹੀ ਘੱਟ ਹੁੰਦੀ ਹੈ। ਕਈ ਜਗ੍ਹਾ 'ਤੇ ਕੀ ਹੁੰਦਾ ਵੀ ਏਰੀਆ ਬਹੁਤ ਹੀ ਜ਼ਿਆਦਾ ਹੈ, ਪਾਪੂਲੇਸ਼ਨ ਘੱਟ ਹੈ, ਜਾਂ ਪਾਪੂਲੇਸ਼ਨ ਜ਼ਿਆਦਾ ਏਰੀਆ ਘੱਟ ਹੈ। ਤਾਂ ਇੱਥੇ ਅਰੁਣਾਚਲ ਪ੍ਰਦੇਸ਼ ਹੈ ਉਹਦੀ ਲੀਸਟ ਡੈਂਸਿਟੀ ਆਫ ਪਾਪੂਲੇਸ਼ਨ ਹੈ। ਅਗਲਾ ਕੁਸ਼ਚਨ ਹੈ ਜੀ ਵਿੱਚ ਓਸ਼ਨ ਇਜ਼ ਦੀ ਸਾਊਥ ਆਫ ਇੰਡੀਆ। ਜਿਹੜਾ ਆਪਣਾ ਇੰਡੀਆ ਹੈ, ਹੈ ਨਾ, ਇੱਥੇ ਆਪਣਾ ਸ਼੍ਰੀਲੰਕਾ ਹੈ, ਤਾਂ ਇੱਥੇ ਜਿਹੜਾ ਆਹ ਓਸ਼ਨ ਹੈ, ਇੱਥੇ ਕਿਹੜਾ ਓਸ਼ਨ ਹੈ? ਇੰਡੀਅਨ ਓਸ਼ਨ। ਕਿਹੜਾ ਓਸ਼ਨ ਹੈ? ਇੰਡੀਅਨ ਓਸ਼ਨ। ਵਿੱਚ ਕੰਟਰੀ ਹੈਜ਼ ਅ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ? ਇਹ ਕੁਸ਼ਚਨ ਤੁਸੀਂ ਕਹੋਗੇ ਵੀ ਕਿੱਥੇ ਹੈ, ਆਪਣੀ ਬੁੱਕ ਦੇ ਵਿੱਚ ਹੈ, ਜਿੱਥੇ ਆਪਣੇ ਸਾਰੇ ਸਟੇਟਸ ਅਤੇ ਯੂਟੀਜ਼ ਦਾ ਟੇਬਲ ਬਣਿਆ ਹੋਇਆ, ਉਸ ਤੋਂ ਨੀਚੇ ਵਾਲੇ ਪੈਰਾਗ੍ਰਾਫ ਦੇ ਵਿੱਚ ਇਹ ਆਨਸਰ ਹੈ। ਉੱਥੇ ਲਾਰਜੈਸਟ ਰਿਪਬਲਿਕ ਵੀ ਹੋ ਸਕਦਾ, ਲਾਰਜੈਸਟ ਡੈਮੋਕ੍ਰੇਸੀ ਵੀ ਹੋ ਸਕਦਾ, ਦੋਨਾਂ ਦਾ ਜਿਹੜਾ ਆਨਸਰ ਉਹ ਕੀ ਆਏਗਾ? ਇੰਡੀਆ। ਕਿਹੜੀ ਪੂਰੇ ਵਰਲਡ ਦੇ ਵਿੱਚੋਂ ਕਿਹੜੀ ਕੰਟਰੀ ਹੈ ਜਿਹਦਾ ਲਾਰਜੈਸਟ ਡੈਮੋਕ੍ਰੇਸੀ ਆ, ਰਿਪਬਲਿਕ ਹੈ? ਇੰਡੀਆ। ਨੈਕਸਟ ਇਜ਼ ਅਕੋਰਡਿੰਗ ਟੂ ਅ ਥਿਓਰੀ ਇੰਡੀਆ ਵਾਜ਼ ਨੇਮਡ ਆਫਟਰ ਅ ਕਿੰਗਸ ਨੇਮ, ਦੈਟ ਇਜ਼ ਭਰਤ, ਵੇਅਰ ਇਜ਼ ਇਟ ਮੈਨਸ਼ਨਡ? ਉਹਨਾਂ ਨੇ ਕਿਹਾ ਵੀ ਕਿਸੇ ਥਿਓਰੀ ਦੇ ਅਨੁਸਾਰ ਵੀ ਜਿਹੜਾ ਇੰਡੀਆ ਹੈ ਉਹਦਾ ਨਾਮ ਭਾਰਤ, ਇੱਕ ਭਰਤ ਨਾਮ ਦੇ ਰਾਜਾ ਤੋਂ ਰੱਖਿਆ ਗਿਆ ਸੀ, ਤਾਂ ਕਿਹੜੀ ਜਗ੍ਹਾ 'ਤੇ ਮੈਨਸ਼ਨਡ ਹੈ? ਰਿਗਵੇਦਾਸ, ਰਿਗਵੇਦਾਸ ਦੇ ਵਿੱਚ ਆ ਮੈਨਸ਼ਨ ਹੈ। ਨੈਕਸਟ ਹੈ ਇੰਡੀਆ ਇਜ਼ ਲੋਕੇਟਡ ਇਨ ਦਾ ਸਾਊਥ ਆਫ ਦਾ ਏਸ਼ੀਅਨ ਕੋਂਟੀਨੈਂਟ, ਹੈਂਸ ਵਟ ਅਦਰ ਨੇਮ ਇਜ਼ ਗਿਵਨ ਟੂ ਇਟ? ਸਿੰਪਲ ਜੀ ਗੱਲ ਹੈ, ਦੇਖੋ ਆਪਾਂ ਪੂਰਾ ਹਾਈ ਜੋ ਵੀ ਹੈ, ਮਤਲਬ ਏਸ਼ੀਆ ਕੋਂਟੀਨੈਂਟ ਹੈ, ਉਹਦੇ ਵਿੱਚ ਸਭ ਤੋਂ ਸਾਊਥ ਦੇ ਵਿੱਚ ਕਿਹੜੀ ਕੰਟਰੀ ਆਉਂਦੀ ਹੈ? ਇੰਡੀਆ। ਤਾਂ ਇੰਡੀਆ ਨੂੰ ਆਪਾਂ ਕੀ ਕਹਿ ਸਕਦੇ ਹਾਂ? ਸਾਊਥ ਏਸ਼ੀਆ, ਬਿਕੋਜ਼ ਉਹ ਸਾਊਥ ਦੇ ਵਿੱਚ ਆਉਂਦੀ ਹੈ ਏਸ਼ੀਆ ਦੇ, ਤਾਂ ਉਹਨੂੰ ਕੀ ਕਿਹਾ ਜਾਂਦਾ? ਸਾਊਥ ਏਸ਼ੀਆ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਨੈਕਸਟ ਇਜ਼ ਵਿਦ ਦ ਹੈਲਪ ਆਫ ਓਪਨਿੰਗ ਵਿਚ ਕੈਨਾਲ ਮੇਡ ਈਜ਼ੀਅਰ ਟੂ ਟ੍ਰੇਡ ਵਿਦ ਵੈਸਟਰਨ ਯੂਰੋਪ? ਸੁਈਜ਼ ਕੈਨਾਲ। ਜਦੋਂ ਸੁਈਜ਼ ਕੈਨਾਲ ਖੁੱਲ੍ਹ ਗਈ ਸੀ ਤਾਂ ਰਸਤਾ ਘੱਟ ਗਿਆ ਸੀ ਇੰਡੀਆ ਅਤੇ ਵੈਸਟਰਨ ਯੂਰੋਪ ਦੇ ਵਿੱਚ, ਕਿੰਨਾ ਘਟਿਆ ਸੀ? 48 ਦੇ ਵਿੱਚ ਕੁਝ ਸੀਗਾ, 4800 ਸੀ ਜਾਂ 48,000 ਸੀ, ਇਹੋ ਜਿਹਾ ਕੁਝ ਸੀਗਾ, 48 ਸੀਗਾ, ਠੀਕ ਹੈ। ਤੁਸੀਂ ਆਪਸ਼ਨ ਦੇ ਵਿੱਚ ਸਿਲੈਕਟ ਕਰ ਸਕਦੇ ਹੋ, ਤੁਹਾਨੂੰ ਇਹ ਕੁਸ਼ਚਨ ਵੀ ਆਉਂਦਾ। ਨੈਕਸਟ ਇਜ਼ ਦ ਗ੍ਰੇਟ ਹਿਮਾਲਿਆਜ਼ ਆਰ ਲੋਕੇਟਡ ਔਨ ਵਿੱਚ ਡਾਇਰੈਕਸ਼ਨ ਆਫ ਇੰਡੀਆ? ਕਹਿੰਦੇ ਜਿਹੜਾ ਆਪਣਾ ਪੂਰਾ ਇੰਡੀਆ ਇਹਦੇ ਵਿੱਚੋਂ ਵੀ ਆ ਗ੍ਰੇਟ ਹਿਮਾਲਿਆਜ਼ ਨੇ ਕਿਸ ਸਾਈਡ 'ਤੇ ਆ ਜਾਂਦਾ? ਨੌਰਥ
इंडिया के नॉर्थ के आ जाते हैं ग्रेटर हिमालयस। प्रियंका कुमारी लिव्स इन कश्मीर, शी हैज़ टू विजिट कन्याकुमारी। वो किस स्टेट के है? तमिलनाडु। हाउ मच डिस्टेंस विल शी हैज़ टू ट्रैवल अप्रोक्सीमेटली फ्रॉम कश्मीर टू कन्याकुमारी? इन्होंने पूरी स्टोरी बना के दसी है। ये कहना चाहते हैं भी लेंथ की है इंडिया की। लेंथ है 3 to 1.4 किलोमीटर, पर जे इतने विड़थ पूछ ली जाए रन ऑफ कच्छ तो लैके अरुणाचल प्रदेश को कि 2933 किलोमीटर्स, ये तो याद होनी चाहिए है। नैक्सट इज इन टर्म्स ऑफ एरिया इंडिया रैंकड डैश इन द वर्ल्ड। एरिया के टर्म के जो इंडिया है अपना 7th पोजिशन पर आंदा है, तो पॉपुलेशन के बेसिस से 2nd पोजिशन पर आंदा है। फस्ट कौन है? चाइना। तो दोनों साइड से 5th कौन है? ब्राज़ील। ये आ जाता है कई बार, ठीक है जी। दोनों साइड से ब्राज़ील 5th है, पॉपुलेशन के बेसिस से भी तो एरिया के बेसिस से भी। नैक्सट इज ऑन वट बेसिस डिज द प्रेजेंट पंजाब कम इन टू एग्जिस्टेंस ऑन 1st November 1966? तो यह आएगा ऑन द बेसिस ऑफ लैंग्वेज। देखो अपना जो पंजाब सेगा इस डेट नो 1st November 1966 नो पंजाब जी हिमाचल और हरियाणा है वह लैंग्वेज के बेसिस के अड कर दी गई सी। तो यह आंसर की आ जाएगा ऑन द बेसिस ऑफ लैंग्वेज। नैक्सट इज इफ यू वॉन्ट टू विजिट द लार्जेस्ट स्टेट इन इंडिया विच स्टेट वुड यू गो? तो इन्होंने बिल्कुल घुमा के क्वेश्चन पूछे। सीधी जी गल है, लार्जेस्ट स्टेट ऑफ इंडिया इज राजस्थान, और मैं तुम्हें दस चुकी हूँ। उत्तर प्रदेश कदों आएगा? जो पॉपुलेशन के बेसिस से पूछा जाए। नैक्सट इज जस्ट एज ब्रेड इज ऑलसो कॉल्ड प्रसादा, वट इज अदर नेम गिवन टू लोकसभा? देखो थोड़े सामने कि घुमा के क्वेश्चन पूछा गया है। सीधा पूछ सकते सी लोकसभा का अदर नेम की है? लोअर हाउस। यही नैस है, तुम्हें घुमा के पूछा जाएगा क्वेश्चन, बट तुम अपना ब्रेन लगा के सही आंसर देने। नैक्सट है इफ यू वॉन्ट टू फाइंड आउट द जेंडर रेशियो इन इंडिया विच ऑफ द फॉलोइंग फॉर्मूलाज वुड यू लाइक टू चूज? देखो इतने अपने इंडिया के किमें कैलकुलेशन होंगी है, नंबर ऑफ वूमेन पर 1000 मैन के बेसिस से कैलकुलेशन होंगी है। तो तुम यही आंसर से टिक लगाना जो भी तुम्हें जेंडर रेशियो के बारे इंडिया के आंदा है, द नंबर ऑफ वूमेन पर 1000 मैन। तो जो वीडियो पसंद आई हो तो लाइक करियो, शेयर करियो, कमेंट करियो, तो चैनल में सबसक्राइब करियो। तो जो अगले चैप्टर की भी वीडियो चाहते हो तो कमेंट जरूर करियो। Thanks for watching the video.